ਤੇ ਦੋ ਕਬੂਤਰ ਜਿਹੜਾ ਨਾ ਹਿੱਲਣ ਮਾਰ ਗਿਆ ਜੇ ਆ ਕੇ ਅੱਜ ਚੰਗਾ ਹੁੰਦਾ ਸੀ ਲਾ ਜੀ ਬੜਾ ਹੀ ਚੰਗਾ ਹੁੰਦਾ ਸੀ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤਹੂ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ। ਅਤੇ ਯਾਰ, ਸਭ ਤੋਂ ਪਹਿਲੇ ਤਮਾਮ ਮੁਸਲਮਾਨਾਂ ਨੂੰ ਮੇਰੀ ਤਰਫੋਂ ਬਹੁਤ 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 ਜੁਮਾ ਮੁਬਾਰਕ। ਅਤੇ ਅੱਜ ਪੂਰੇ ਦੋ ਦਿਨਾਂ ਤੋਂ ਬਾਅਦ ਸੂਰਜ ਨਿਕਲਿਆ ਜੇ, ਅਤੇ ਆਈਏ ਹੁਣ ਸੂਰਜ ਨਿਕਲਿਆ ਅਤੇ ਨਾਲ ਹੀ ਜਿਹੜਾ ਨਾ ਗਰਮੀ ਲੱਗਣ ਲੱਗ ਪਈ ਹੈ, ਯਾਨੀ ਨਾਲ ਹੀ ਹੱਬਸ ਸਟਾਰਟ ਹੋ ਗਈ ਹੈ। ਬਾਕੀ ਦੋ ਦਿਨ ਇੰਨੀ ਕੁ ਬਾਰਿਸ਼ ਹੋਈ ਹੈ, ਤੁਸੀਂ ਇਹ ਪੈਲੀਆਂ ਚੈੱਕ ਕਰੋ, ਇੰਜਨ ਨਾਲ ਨਹੀਂ ਭਰਚੀਆਂ, ਇਹ ਬੱਦਲ ਦੇ ਨਾਲ ਭਰਚੀਆਂ ਨੇ, ਠੀਕ ਹੈ। ਬਾਕੀ ਨਾਲੀ 'ਤੇ ਵੀ ਪਾਣੀ ਚੰਗਾ ਆਇਆ ਹੈ, ਅਤੇ ਹੈਡਬਰਾਲੇ ਵੀ ਪਾਣੀ ਚੰਗਾ ਆਇਆ। ਜੇ ਟਾਈਮ ਲੱਗਾ ਤਾਂ ਅੱਜ ਹੈਡਬਰਾਲੇ ਵੀ ਜਾਵਾਂਗੇ, ਨਾਲ ਲੱਗਾ ਤਾਂ ਫਿਰ ਆਪਣੇ ਯੂਨੀਵਰਸ ਬੋਰਡ ਐਟ ਉਹ ਸਾਹਮਣੇ ਨਾਲੀ ਸਾਡੇ ਪਿੰਡ ਵਾਲੀ, ਉਹ ਤੁਹਾਨੂੰ ਲਾਜ਼ਮੀ ਬਹਾਵਾਂਗੇ। ਉੱਥੇ ਮੱਛੀ ਅੱਛੀ ਵੀ ਫੜਦੀ ਹੁੰਦੀ, ਉੱਥੇ ਜਿਹੜਾ ਨਾ ਸਹੀ ਸ਼ੁਗਰ ਮੇਲਾ ਲੱਗਦਾ। ਬਾਕੀ ਇਹ ਸਾਡੇ ਪਿੰਡ ਦਾ ਰੋਡ, ਇੱਧਰ ਸੇ ਨਲਾਂਗਾ ਜਾਤਾ ਹੈ, ਨਟਾਪਾ ਜਾਤਾ ਹੈ, ਜਬ ਬਾਰਿਸ਼ ਆਤੀ ਹੈ ਤੋ ਤਬ ਜੋ ਹੈ ਨਾ ਇੱਧਰ ਤਿਲਕੋ ਤਿਲਕਣ ਹੋ ਜਾਤੀ ਹੈ, ਠੀਕ ਹੈ। ਅਤੇ ਹੈ ਹੁਣ ਜੁੰਮਾ ਪੜ ਕੇ ਮੈਂ ਜਾ ਰਿਹਾ ਹਾਂ ਘਰ, ਘਰ ਜਾ ਕੇ ਸਭ ਤੋਂ ਪਹਿਲੇ ਕਰਾਂਗੇ ਪੇਟ ਪੂਜਾ, ਬਾਅਦ ਵਿੱਚ ਕਰਾਂਗੇ ਕੰਮ ਦੂਜਾ। ਬਾਕੀ ਠੰਡੀ ਠੰਡੀ ਹਵਾ ਵੀ ਵਗਦੀ ਪਈ, ਅਤੇ ਮੌਸਮ ਬਹੁਤ ਲੈਵਲ ਦਾ, ਠੀਕ ਹੈ, ਕਿਉਂਕਿ ਬਾਰਿਸ਼ ਹੋ ਜਾਂਦਾ ਫਿਰ ਮੌਸਮ ਬਹੁਤ ਲੈਵਲ ਦਾ ਹੋ ਜਾਂਦਾ। ਬਾਕੀ ਆਸਮਾਨ ਜਿਹੜਾ ਨਾ ਆਹਿਸਤਾ 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 ਸਾਫ਼ ਹੋਈ ਜਾਂਦਾ ਪਿਆ, ਅਤੇ ਕਾਲੇ ਬੱਦਲ ਇੱਧਰ ਨੂੰ ਟੁੱਟ ਗਏ ਨੇ, ਕੁਛ ਇੱਧਰ ਨੂੰ ਟੁੱਟ ਗਏ ਨੇ, ਅਤੇ ਸੈਂਟਰ ਦੇ ਵਿੱਚ ਆਸਮਾਨ ਜਿਹੜਾ ਨਾ ਬਿਲਕੁਲ ਸਾਫ਼ ਹੋ ਗਿਆ, ਅਤੇ ਸੂਰਜ ਜਿਹੜਾ ਨਾ ਉਹ ਇਸ ਟਾਈਮ ਲਿਸ਼ਕਾਰੇ ਮਾਰ ਰਿਹਾ, ਸੂਰਜ ਇਸ ਟਾਈਮ ਲਿਸ਼ਕਾਰੇ ਮਾਰ ਰਿਹਾ, ਲਿਸ਼ਕਾਰੇ। ਸ਼ਹਿਰ ਜਾ ਕੇ ਪੇਟ ਪੂਜਾ ਕਰ ਲਈਏ ਸਭ ਤੋਂ ਪਹਿਲੇ, ਕਿਉਂਕਿ ਟਾਈਮ ਇਸ ਟਾਈਮ 9:45 ਦਾ ਹੋ ਗਿਆ, ਠੀਕ ਹੈ। ਅਤੇ ਭੁੱਖ ਜਿਹੜਾ ਨਾ ਉਹ ਵੀ ਅੰਤਾਂ ਦੀ ਲੱਗ ਗਈ ਹੈ, ਪੇਟ ਪੂਜਾ ਕਰਕੇ ਫਿਰ ਤੁਹਾਨੂੰ ਮਿਲਣੇ ਆ। ਯਾਰ ਟਾਈਮ ਹੋ ਗਿਆ ਜੇ ਦੁਪਹਿਰ ਦੇ 2:30 ਦਾ, ਅਤੇ ਮੈਂ ਘਰ ਗਿਆ ਹਾਂ ਰੋਟੀ ਲੈਣ ਵਾਸਤੇ, ਠੀਕ ਹੈ। ਅਤੇ ਰਸਤੇ ਦੇ ਵਿੱਚ ਆ ਗਈ ਬਾਰਿਸ਼, ਅਤੇ ਮੈਂ ਇਸ ਟਾਈਮ ਫੁੱਲ ਗਿੱਲਾ ਹੋ ਗਿਆ, ਯਾਨੀ ਮੇਰਾ ਜਿਹੜਾ ਪ੍ਰੋਗਰਾਮ ਹੈ ਨਾ ਉਹ ਵੜ ਗਿਆ ਹੈ, ਕਿਉਂਕਿ ਮੇਰੇ ਕੱਪੜੇ ਫੁੱਲ ਗਿੱਲੇ ਹੋ ਗਏ ਨੇ। ਬਾਕੀ ਤੁਸੀਂ ਬੱਦਲ ਚੈੱਕ ਕਰੋ, ਫੁੱਲ ਕਾਲਾ ਸਿਵਾ ਬੱਦਲ ਹੋਇਆ ਜੇ ਇਸ ਟਾਈਮ, ਠੀਕ ਹੈ। ਕਦੀ ਬਾਰਿਸ਼ ਤੇਜ਼ ਹੋ ਜਾਂਦੀ ਹੈ, ਕਦੀ ਸਲੋਅ ਹੋ ਜਾਂਦੀ ਹੈ, ਅਤੇ ਕਦੀ ਬਿਲਕੁਲ ਹੀ ਬੰਦ ਹੋ ਜਾਂਦੀ ਹੈ। ਇਸ ਸੁਬਹ ਦਾ ਹੀ ਸੀਨ ਚੱਲਦਾ ਪਿਆ, ਤਾਂ ਸਲਾਬ ਆਉਣ ਦਾ ਖਤਰਾ ਫਿਰ ਹੋ ਗਿਆ ਜੇ ਇੱਕ ਵਾਰੀ। ਖੈਰ ਹੁਣ ਮੈਂ ਆਉਂਦਾ ਕੱਪੜੇ ਵੀ ਲੈ ਆਇਆ ਹਾਂ, ਬਾਕੀ ਬਾਰਿਸ਼ ਫਿਰ ਸਟਾਰਟ ਹੋ ਗਈ ਹੈ, ਤਾਂ ਹੁਣ ਜਲਦੀ ਨਾਲ ਕਾਰਖਾਨੇ ਚੱਲੀਏ, ਅਤੇ ਜਾ ਕੇ ਪੇਟ ਪੂਜਾ ਕਰੀਏ, ਅਤੇ ਫਿਰ ਆਪਣੇ ਕੰਮ ਨੂੰ ਲੱਗ ਪਈਏ, ਅਤੇ ਬਾਰਿਸ਼ ਜਿਹੜਾ ਨਾ ਫਿਰ ਸਟਾਰਟ ਹੋ ਗਈ ਹੈ। ਫਟਾਫਟ ਮੋਬਾਈਲ ਬੰਦ ਕਰੀਏ, ਮਤੇ ਆਪਣੇ ਆ ਵੀ ਕੱਪੜੇ ਜਿਹੜਾ ਨਾ ਉਹ ਵੀ ਭੇਜ ਜਾਣਾ, ਜਿਹੜੇ ਮੈਂ ਹੁਣ ਲੈ ਕੇ ਆਇਆ ਵਾਂ, ਅਤੇ ਰੋਟੀ ਵੀ ਭੇਜ ਜਾਣੀ ਹੈ। ਤੁਸੀਂ ਚੈੱਕ ਕਰੋ ਬੱਦਲ ਸਟਾਰਟ ਹੋ ਗਿਆ, ਫਿਰ ਫਟਾਫਟ ਨਿਕਲੀਏ ਨਿਕਲੀਏ, ਹੁਣ ਫਟਾਫਟ ਬਾਰਿਸ਼ ਸਟਾਰਟ ਹੋ ਗਈ ਜੇ। ਉਹ ਬੰਦ ਹੋ ਗਈ, ਓਏ ਕੜੀ ਕੜੀ ਗੂੰਗੇ ਨੂੰ ਕੜੀ 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 ਇਹਨੂੰ ਪਿੱਛੇ ਗੱਡੀ ਆ, ਪਿੱਛੇ ਨੂੰ ਤਾਂ ਪਿੱਛੇ ਨਾਲ ਤਾਂ ਜਾਣਦੇ ਹੋ। ਅੱਗੇ ਆ ਲਿੰਬ ਗਏ, ਲਿੰਬ ਕਦਾ ਜਾਣਦੇ ਜਾਣਦੇ ਟੁੱਟ ਗਏ ਨੇ, ਉਹ ਟੁੱਟ ਗਏ ਨੇ ਜਾਣਦੇ, ਨਹੀਂ ਤੈਨੂੰ ਆਉਂਦੇ ਕੱਖ ਵੀ ਜਾਣਦੇ। ਕਿਉਂ ਛੇੜਦੇ ਹੋ ਰਿਆਜ਼ ਨੂੰ ਹੈ, ਕਿਉਂ ਕਿਉਂ ਛੇੜਦੇ ਹੋ ਉਹਨੂੰ? ਆਇਓ ਆਇਓ ਤੁਹਾਡੀ ਕਮੀ, ਆ ਜਾਓ ਆ ਜਾਓ, ਨਾ ਛੇੜੋ ਏ ਮਾਰੇਗਾ ਜੀ। ਆ ਬੰਦ ਹੋ ਗਈ, ਆਇਆ ਆਇਆ ਆਇਆ, ਤੂੰ ਹੀ ਢੋਲ ਲੈ।
ਲਿੰਬ ਘਤਨਾ ਹੀ ਮੁੜ ਜਾ ਉਹਨੂੰ ਲਿੰਬ ਤੂੰ ਨਾਲ ਸਾਨੂੰ ਵੀ ਲਿੰਬਣ ਲੱਗਾ ਚੱਲ ਲਿੰਬ ਤੇ ਘੱਤੇ ਆ ਚੱਸ ਬੜੀ ਆਈ ਜਾਣ ਦੇ ਬਾਏ 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 ਓਏ ਕਾਲਮਾ ਵਿਆਪਤੀ ਨਾ ਕਰ ਯਾਰ ਤੁਹਾਨੂੰ ਜਿਹੜਾ ਨਾ ਅੱਗੇ ਇੱਕ ਬੜੇ ਮਜ਼ੇ ਦੀ ਚੀਜ਼ ਵਿਖਾਉਣਾ ਵਾ ਇਹ ਸਾਡਾ ਰੋਡ ਚੈੱਕ ਕਰੋ ਇਹਦੇ 'ਤੇ ਪਾਣੀ ਫਿਰਦਾ ਪਿਆ ਕਿਉਂਕਿ ਬਾਰਿਸ਼ਾਂ ਹੋਈਆਂ ਨੇ ਬਹੁਤ ਜ਼ਿਆਦਾ ਅਤੇ ਉਹਦੀ ਵਜ੍ਹਾ ਤੋਂ ਇਸ ਸਾਈਡ ਤੋਂ ਪਾਣੀ ਆਉਂਦਾ ਪਿਆ ਅਤੇ ਇਹ ਵੇਖੋ ਪਾਣੀ ਇੰਝ ਜਿਵੇਂ ਨਹਿਰ ਚੱਲਦੀ ਪਈ ਇੱਥੇ ਜਿਹੜਾ ਨਾ ਰਾਤ ਨੂੰ ਮੱਛੀਆਂ ਵੀ ਬੜੀ ਆਉਂਦੀਆਂ ਨੇ ਇੱਥੇ ਅੱਗੇ ਜਾਲ ਲੱਗਾ ਹੁੰਦਾ ਅਤੇ ਰਾਤ ਨੂੰ ਵਾਹ ਮੈਂ ਤੂੰ ਮੱਛੀਆਂ ਫੜਦੀ ਪਾਣੀ ਬੇਬਾ ਪਾਣੀ ਦੀ ਰੋਡ ਸਹੀ ਚੱਲਦੀ ਪਈ ਇਸ ਟਾਈਮ ਅਤੇ ਸਾਰਾ ਪਾਣੀ ਅੱਗੂ ਜਿਹੜਾ ਨਾ ਸਾਡੇ ਪਿੰਡ ਵਾਲੀ ਨਾਲੀ ਦੇ ਵਿੱਚ ਜਾਂਦਾ ਪਿਆ ਯਾਰ ਇਸ ਟਾਈਮ ਅਸੀਂ ਬੈਠੇ ਹਾਂ ਬਾਹਰ ਛਾਵੇਂ ਕਬੂਤਰ ਵੇਖਣਾ ਅਤੇ ਕਬੂਤਰ ਬਾਦਾ ਦਾ ਵੀ ਜਿਹੜਾ ਨਾ ਇੱਕ ਅਲੱਗ ਹਿਸਾਬ ਹੋਏਗਾ ਉਹ ਹੀ ਬਾਬਾ ਆ ਗਈ ਉਹ ਚੈੱਕ ਕਰ ਚੱਲ ਚੈੱਕ ਕਰ ਆ ਗਈ ਵੇ ਇਹਨਾਂ ਨੇ ਬਸ ਧੋਣ ਜਿਹੜਾ ਨਾ ਸਾਰੀ ਦਿਹਾੜੀ ਇੰਜ ਉੱਤੇ ਨਹੀਂ ਰੱਖਣੀ ਹੋਰ ਕੋਈ ਕੰਮ ਨਹੀਂ ਕੋਈ ਕੰਮ ਕਾਜ ਕਰਨਾ ਨਹੀਂ ਬਸ ਸਾਰਾ ਦਿਨ ਘਰ ਕੇ ਰੁੱਤੇ ਵੇਚਦਿਆ ਰਹਿਣਾ ਧੋਣ ਵੀ ਭਾਵੇਂ ਉੱਥੇ ਜਾ ਕਰ ਜੇ ਇਹ ਚੈੱਕ ਕਰੋ ਨਾ ਆਈਏ ਵੀ ਗਰਦਨ ਉੱਤੇ ਹੀ ਹੈ ਗਰਦਨ ਥੱਲੇ ਨਹੀਂ ਆ ਸਕਦੀ ਗਰਦਨ ਗਰਮੀਆਂ ਦੇ ਵਿੱਚ ਕਬੂਤਰ ਬਾਦਾ ਦੀ ਇੰਜ ਹੀ ਰਹਿੰਦੀ ਹੈ ਜੇ ਥੱਲੇ ਆਈਏ ਤਾਂ ਫਿਰ ਤਾਂ ਗਨਾਹ ਹੋਈ ਜਾਂਦਾ ਨਾ ਤਾਂ ਕਬੂਤਰ ਹੀ ਲੜ ਲਾਈ ਜਾਂਦਾ ਤਾਂ ਫਿਰ ਧੋਣ ਨੂੰ ਇੰਜ ਰੱਖਣਾ ਪੈਂਦਾ ਸਿਰਫ ਉੱਤੇ ਉੱਤੇ ਵੇਚਦਿਆ ਰਹਿਣਾ ਕਿ ਉੱਤੇ ਤਾਂ ਕੀ ਹਾਲਾਤ ਨੇ ਬਾਕੀ ਕਬੂਤਰ ਥੱਲੇ ਆ ਗਏ ਅਸੀਂ ਇੱਕ ਰਹਿ ਗਿਆ ਬਾਕੀ ਤਿੰਨ ਜਿਹੜਾ ਨਾ ਉਹ ਤਾਂ ਇੱਲੜ ਖਾ ਗਿਆ ਇੱਲੜ ਦੀ ਪੇਟ ਪੂਜਾ ਬਣ ਗਈ ਉਹਨੇ ਜਿਹੜਾ ਨਾ ਬਿਰਿਆਨੀ ਬਣਾ ਕੇ ਅਤੇ ਮਸਤ ਸਵਾਦਿਸ਼ ਨਹੀਂ ਕਰਕੇ ਦੁਪਹਿਰ ਦਾ ਖਾਣਾ ਖਾਧਾ ਹੋਣਾ ਤਾਂ ਵਿਚਾਰੇ ਨੂੰ ਰੋਗ ਲੱਗ ਜਾਣਾ ਠੀਕ ਹੈ ਜੀ ਇੱਕ ਇੱਥੇ ਹੈ ਨਹੀਂ ਉੜੀਆਂ ਆਉਂਦਾ ਤੁਹਾਨੂੰ ਉਹਦੀ ਸ਼ਕਲ ਵਿਖਾਨੇ ਉਹ ਵਿਚਾਰੇ ਦਾ ਤਾਂ ਮੂੰਹ ਭਰਿਆ ਹੈ ਕਿਉਂਕਿ ਤਿੰਨ ਕਬੂਤਰ ਉਹਦੇ ਮਾਸ਼ਾਅੱਲਾ ਇੱਲੜ ਲੈ ਗਿਆ ਕਬੂਤਰ ਬਾਅਦ ਕੱਖ ਨਹੀਂ ਰਹਿਣਾ ਤੁਹਾਡਾ ਮਰ ਜਾਣਾ ਰੁੜ ਜਾਣਾ ਤੁਹਾਡਾ ਕੱਖ ਨਹੀਂ ਰਹਿਣਾ ਭੈਣ ਭਾਈ ਤੁਹਾਡੀ ਉਮਰ ਕਿੰਨੀ ਭਲਾ ਮੇਰੀ ਹੋਣੀ 20 ਸਾਲ 20 ਸਾਲ ਅਤੇ ਜਿਹੜੇ ਉੱਤਲੇ 10 ਸਾਲ ਨੇ ਉਹ ਕਿੱਥੇ ਗਏ ਉਹ ਕਿਹੜੇ ਖਾਤੇ ਪਾਏ ਨਹੀਂ ਪਿਛਾ ਗਏ ਟੁਰ ਗਏ ਨੇ ਵੈਸੇ ਜੋ ਤੂੰ ਕਹਿੰਦਾ 20 ਸਾਲ ਠੀਕ ਹੈ ਅਤੇ 20 ਸਾਲ ਵੀ ਤੂੰ ਦੁਨੀਆ 'ਚ ਆ ਕੇ ਖਰਾਬ ਵੀ ਕੀਤੇ ਨੇ ਯਕੀਨ ਕਰ ਯਕੀਨ ਕਰੋ ਆਹ ਬਿਰਿਆਨੀ ਦੀਆਂ ਦੇਗਾਂ ਖਾਣੀਆਂ ਨੇ ਤਾਂ ਅਸੀਂ ਇਹਨੂੰ ਕਹਿੰਦੇ ਹਾਂ ਟਾਈਮ ਦੇ ਨਾਲ ਜਾ ਕੇ ਬਿਰਿਆਨੀ ਸਾਨੂੰ ਲੱਭੇ ਹੋਵੇ ਮੱਝਾਂ ਉੱਧਰ ਮੂੰਹ ਪਾਈ ਜਾਂਦੀਆਂ ਨੇ ਹਾਰਸ਼ ਹੈ ਹਾਂਜੀ ਹਾਂਜੀ ਅਗਲਾ ਸਾਡਾ ਪਿੰਡ ਜਿਹੜਾ ਨਾ ਤੇ ਅਸੀਂ ਬਹੁਤ ਸ਼ਰੀਫ ਬੱਚਿਆਂ ਦੇ ਵਿੱਚ ਸ਼ੁਮਾਰ ਹੁੰਦੇ ਹਾਂ ਤੁਹਾਡੇ ਹਾਰ ਥੋੜ੍ਹੀ ਆ ਯਾਰ ਇਹ ਕਬੂਤਰ ਨੇ ਠੀਕ ਹੈ ਇਸ ਟਾਈਮ ਟੁੱਟ ਗਏ ਨੇ ਅੰਦਰ ਇਹ ਸੁਬਾ ਸੁਬਾ ਵਡਾਏ ਹਨ ਅਤੇ ਦੋ ਕਬੂਤਰ ਜਿਹੜਾ ਨਾ ਹਿੱਲਣ ਮਾਰ ਗਿਆ ਜੇ ਆ ਕੇ ਅੱਜ ਇਹ ਵਿਚਾਰਾ ਮਰ ਗਿਆ ਅੱਜ ਅਤੇ ਉਹ ਇੱਕ ਉੱਤੇ ਬੈਠਾ ਹੈ ਉਹੀ ਬਚਿਆ ਬਸ ਬੜਾ ਹੀ ਚੰਗਾ ਹੁੰਦਾ ਸੀ ਹਾਏ ਅੱਲਾ ਜੀ
ਆਏ ਅੱਲਾ ਜੀ ਬੜਾ ਹੀ ਚੰਗਾ ਹੁੰਦਾ ਸੀ, ਟੁੱਟ ਗਿਆ ਜੇ। ਕਿੱਥੇ ਗਿਆ ਜੀ ਵੈਸੇ, ਸੁੱਟਣੀ? ਚਲੋ ਕੋਈ ਗੱਲ ਨਹੀਂ, ਦਫਨਾ ਲਵਾਂਗੇ, ਕਫਨ ਦਫਨ ਦਾ ਇੰਤਜ਼ਾਮ ਸਾਡੇ ਕੋਲ ਜਿਹੜਾ ਨਾ ਅਵੇਲੇਬਲ, ਟੈਨਸ਼ਨ ਨਹੀਂ ਤੂੰ ਲੈਣੀ ਭਾਵਾ, ਟੈਨਸ਼ਨ ਨਹੀਂ ਲੈਣੀ, ਰੋਣਾ ਨਹੀਂ ਬਸ। ਖਾਈਏ ਤੁਹਾਡੀ ਕਮੀ ਸੀ, ਚੜਨ ਨੂੰ ਤਾਂ ਪੜਾ ਕਰ ਬਿਲਿਆ ਮੈਨੂੰ ਤਾਂ ਨਗਾ, ਓਏ ਮੈਨੂੰ ਨਗਾ ਕੇ ਜਾਈ ਤੈਨੂੰ ਮੈਂ ਦੱਸ ਰਹੀ, ਇਹਨੂੰ ਪਿੱਛੇ ਕਰ। ਨਾ 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 ਨਾ, ਉਹ ਨਾ ਵਾਕਈ ਫੜ ਲੈਣੇ, ਸੀਰੀਅਸ ਨਹੀਂ। ਆਇਓ 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 ਆਇਓ, ਇਹ ਜਾ ਰਿਹਾ ਤੇ ਜੱਟ ਲਸ਼ਕਾਰੇ ਮਾਰਦਾ, ਇੱਥੇ ਰਿਆਸ ਸਾਹਿਬ ਡੰਗਰਾਂ ਨੂੰ ਨਵਾਉਂਦੇ ਨੇ ਵੇ। ਉਹ ਫਿਲਮੇ ਯਾਰ, ਇਸ ਟਾਈਮ ਅਸੀਂ ਆਏ ਹਾਂ ਨਾਲੀ ਤੇ ਇੱਥੇ ਤੇ ਚੀਕੜ ਹੀ ਬਹੁਤ, ਇੱਧਰ ਤੇ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ। ਕਿਹੜੀਆਂ ਮੱਛੀਆਂ ਨੇ ਲੱਭਦੀਆਂ ਨੀ ਪਿਆ, ਤੈਨੂੰ ਹੀ ਲੱਭਦੀਆਂ ਨੇ ਪਈਆਂ। ਉਹ ਵੇਖੋ ਜਲ ਕੁੱਕੜੀ ਵਾ, ਜਲ ਕੁੱਕੜੀ ਤੇ ਆਹੋ ਚਲੋ ਲੱਭ ਗਈ, ਵਾਕੇ ਜਲ ਕੁੱਕੜੀ ਆ ਏ, ਜਲ ਕੁੱਕੜੀ ਇੱਕ ਉਧਰ ਇੱਕ ਇੱਧਰ, ਹੁਣ ਬੰਦਾ ਕਿਹੜੀ ਜਲ ਕੁੱਕੜੀ ਵੇਖੇ। ਅੱਗੇ ਚੀਕੜ ਹੀ ਵੇਵਾ ਏ ਜਿੱਥੇ ਪਾਣੀ, ਉਹ ਤੋਂ ਪਹਿਲੇ ਚੀਕੜ, ਇੱਧਰ ਸੇ ਲਾਂਘਾ ਵੀ ਨਹੀਂ ਜਾਣਾ, ਟਾਪਾ ਵੀ ਨਹੀਂ ਜਾਣਾ, ਬੜਾ ਨਾ ਕੀ ਹੋਰ ਕਿੰਨਾ ਅੱਗ ਵੇਖਣਾ, ਕਿਹੜਾ ਬੰਨਾ, ਚੜ ਹਾਂ ਤੂੰ ਪਹਿਲੇ ਬੰਨੇ ਤੇ, ਚਲ ਹਮ ਚੜ੍ਹਤੇ ਹਾਂ ਬੰਨੇ ਕੇ ਉੱਪਰ, ਵਿੱਚ ਪੁੱਤਰ ਚਿੱਕੜ ਵੀ ਬੜਾ। ਓਏ ਵਲੀਦ ਨੂੰ ਹੁਣ ਕਿਸੇ ਨੇ ਜੁਗਤ ਨਹੀਂ ਮਾਰਨੀ, ਪਹਿਲੇ ਦੱਸ ਇਹਨੂੰ ਜੁਗਤ ਨਹੀਂ ਕਿਸੇ ਨੇ ਕਰਨੀ, ਵੈਸੇ ਆਪਸ ਦੀ ਗੱਲ ਹੈ ਵਲੀਦ ਭਾਈ, ਕੁਛ ਨਹੀਂ ਆ, ਬਹੁਤ ਖੂਬਸੂਰਤ ਆਈ ਆਈ ਆ, ਨਹੀਂ ਤੈਨੂੰ ਜੁਗਤ ਮਾਰਦੇ, ਯਕੀਨ ਕਰ ਨਹੀਂ ਜੁਗਤ ਮਾਰਦੇ, ਵੈਸੇ ਆਪਸ ਦੀ ਗੱਲ ਹੈ, ਸਾਨੂੰ ਤੇ ਲੱਗੀ ਆ ਨਾ ਲੱਤਾਂ, ਹਜ਼ਾਰ ਦੇ ਜ਼ੀਰੋ ਕਿੰਨੇ ਹੁੰਦੇ ਨੇ ਵਲੀਦ, ਦੋ ਜ਼ੀਰੋ ਕੱਢ ਲੋ, ਪਿੱਛੇ ਕਿੰਨੇ ਰਹਿ ਜਾਂਦੇ ਨੇ ਦੱਸ, ਪਾਣੀ ਘਟਿਆ ਉਦਣ ਵਾਲਾ, ਉਦਣ ਜਿੰਨਾ ਹੈ ਨੀ ਜਿੰਨਾ ਉਦਣ ਸੀ, ਉਦਣ ਬਹੁਤਾ ਪਾਣੀ ਸੀ, ਕਿੱਥੇ ਉਦਣ ਪਤਾ ਕਿੰਨਾ ਪਾਣੀ ਸੀ, ਤੂੰ ਮੈਂ ਆਇਆ ਹਾਂ ਉਹ ਅੱਗੇ ਤੱਕ ਜੀ, ਜਿੱਥੇ ਖਲੋਣ ਹੀ ਨਹੀਂ ਹੁੰਦਾ। ਵੈਸੇ ਆਪਸ ਦੀ ਗੱਲ ਹੈ ਵਲੀਦ ਭਾਈ, ਕੈਸਾ ਤੁਹਾਡਾ ਕੋਨੀ ਵਰਗਾ ਮੂੰਹ ਹੈ, ਬੈਟਰੀ ਵਰਗਾ ਮੂੰਹ ਹੈ ਤੇਰਾ, ਪਹਿਲੇ ਆਪਣੀ ਗੱਲ ਤੇ ਸਿੱਧੀ ਕਰ ਲੈ, ਕਿਆ ਤੂੰ ਤੇ ਕਿੱਡੀ ਸੋਹਣੀ ਬੈਟਰੀ, ਕਿਆ ਵਲੀਦ ਤੇਰਾ ਊਂਠ ਦੇ ਬੁੱਲ ਵਰਗਾ ਮੂੰਹ ਹੈ, ਹਾਏ 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 ਹਾਏ, ਆ ਲੋਡੇ ਵਾਲੇ ਦਾ ਟਾਈਮ ਜੇ ਅਈ ਹੁਣ ਅਸੀਂ ਗਏ ਹਾਂ ਨਾਲੇ ਤੇ ਠੀਕ ਹੈ, ਉੱਥੋਂ ਪਾਣੀ ਜਿਹੜਾ ਨਾ ਉਹ ਬਿਲਕੁਲ ਲੱਥ ਗਿਆ ਹੈ, ਤੇ ਹੁਣ ਅਸੀਂ ਆਏ ਹਾਂ ਡੇਰੇ ਇਸ ਟਾਈਮ, ਬਾਕੀ ਸੂਰਜ ਜਿਹੜਾ ਨਾ ਉਹ ਗਰੂਬ ਹੋਣ ਦੇ ਕੋਲ ਕੋਲ ਜਾ ਰਿਹਾ, ਕਿਉਂਕਿ ਟਾਈਮ ਹੋ ਗਿਆ 6:45 ਦਾ, ਕਿ ਅੱਜ ਜਿਹੜਾ ਨਾ ਨੁਕਸਾਨ ਤੇ ਨੁਕਸਾਨ ਹੀ ਹੋਇਆ, ਅੱਗੇ ਕਬੂਤਰ ਵਧਾਉਣ ਗਏ ਹਾਂ, ਕਬੂਤਰ ਜਿਹੜਾ ਨਾ ਉਹ ਲੜਾ ਕੇ ਮਾਰ ਗਿਆ, ਅਤੇ ਹੈਰ ਜੋ ਵੀ ਹੁਣ ਸਾਰਾ ਕੁਝ ਜਿਹੜਾ ਨਾ ਵਾਧਾ ਘਾਟਾ ਫਿਰ ਤੁਹਾਨੂੰ ਪਤਾ ਨਾਲ ਹੀ ਹੈ, ਅਤੇ ਹੈਰ ਹੁਣ ਆਏ ਹਾਂ ਡੇਰੇ, ਡੇਰੇ ਉੱਥੇ ਬਹਿ ਕੇ ਤੁਹਾਨੂੰ ਸਭ ਤੋਂ ਪਹਿਲੇ ਕਰਨੀ ਵੀਡੀਓ ਐਡਿਟ ਕਰਕੇ ਫਿਰ ਉਹਨੂੰ ਅਪਲੋਡ ਕਰਨਾ, ਅਪਲੋਡ ਕਰਕੇ ਅਤੇ ਫਿਰ ਅੱਗੋਂ ਵੇਖਾਂਗੇ ਕੀ ਕਰਨਾ, ਬਾਕੀ ਹਾਦਸਾ ਵੀ ਕਰਾਉਣ ਵਾਲਾ ਹੋਇਆ, ਅੱਜ ਹਾਦਸਾ ਵੀ ਕਰਾਉਣਾ, ਹਾਦਸਾ ਕਰਾ ਕੇ ਚਾਰ ਟਾਈਮ ਹੋ ਗਿਆ ਜੀ ਹੁਣ ਰਾਤ ਦੇ 7:45 ਦਾ, ਠੀਕ ਹੈ, ਅਤੇ ਇਸ ਟਾਈਮ ਜਿਹੜਾ ਨਾ ਅਸੀਂ ਕਰਨੇ ਹਾਂ ਪੇ ਵਾਕ, ਅਤੇ ਨਾਲ ਹੁੰਦੀ ਹੈ ਵੀ ਵੀਡੀਓ ਅਪਲੋਡ, ਕਿਉਂਕਿ ਬਾਹਰ ਜਿਹੜਾ ਨਾ ਨੈੱਟ ਬਹੁਤ ਹੀ ਤੇਜ਼ ਚੱਲਦਾ, ਅਤੇ ਹੈਰ ਇੱਥੇ ਆਪਣੀ ਵੀਡੀਓ ਦਾ ਕਰਨਾ ਵੈਂਡ, ਕਿੱਥੇ ਲੱਗੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਕਮੈਂਟ 'ਤੇ ਲਾਜ਼ਮੀ ਦੱਸਣਾ, ਚੰਗੀ ਲੱਗੀ ਹੋਈ ਦੋਸਤਾਂ ਤੱਕ, ਜੇ ਲਾਜ਼ਮੀ ਘੱਟ ਦੇਣਾ, ਮਿਲਣੇ ਅਗਲੇ ਵਲੋਗ ਦੇ ਵਿੱਚ, ਉਦੋਂ ਤੱਕ ਆਪਣਾ ਖਿਆਲ ਰੱਖਣਾ, ਤੁਹਾਨੂੰ ਦੁਆਵਾਂ ਵਿੱਚ ਯਾਦ ਰੱਖਣਾ, ਅੱਲਾ ਹਾਫਿਜ਼।